ਕਰਿਆਨੇ ਦੁਕਾਨ ਤੋਂ ਲੈ ਕੇ ਆਇਆ ਵਾਂ, ਕੈਨੇਡਾ ਤੋਂ ਨਹੀਂ ਲੈ ਕੇ ਆਇਆ। ਇਹਨੂੰ ਬੀਜਦੇ ਜੇ ਗੈਰ ਕਾਨੂੰਨੀ ਕਿਵੇਂ ਆ ਦੱਸਿਆ ਜਾਵੇ ਸਾਨੂੰ, ਵੀ ਗੈਰ ਕਾਨੂੰਨੀ ਕਿਵੇਂ ਆ ਇਹ ਹੈ ਟੀਟੂ ਬਾਣੀਆਂ, ਜਿਸ ਨੇ ਟੋਲ ਪਲਾਜ਼ੇ ਤੇ ਖਸਖਸ ਬੀਜ ਦਿੱਤੀ। ਕਿਸਾਨਾਂ ਦੀ ਮੌਜੂਦਗੀ ਦੇ ਵਿੱਚ ਇਸ ਨੇ ਧਰਤੀ ਪੁੱਟੀ ਤੇ ਉਸ ਦੇ ਵਿੱਚ ਖਸਖਸ ਬੀਜ ਦਿੱਤੀ। ਇਸ ਨੇ ਕਿਹਾ ਕਿ ਕਰਿਆਨੇ ਦੀ ਦੁਕਾਨ ਤੋਂ ਉਹ ਖੁਦ ਲੈ ਕੇ ਆਇਆ। ਹਾਲਾਂਕਿ ਸਰਕਾਰ ਦੇ ਵੱਲੋਂ ਪਾਬੰਦੀ ਹੈ ਜਿਹੜੀ ਲਗਾਈ ਹੋਈ ਹੈ, ਪਰ ਇਸ ਨੂੰ ਕਿਸੇ ਦਾ ਕੋਈ ਡਰ ਨਹੀਂ। ਸਾਫ ਸ਼ਬਦਾਂ ਦੇ ਵਿੱਚ ਕਿਹਾ ਕਿ ਜੇਕਰ ਖੇਤੀ ਨੂੰ ਉੱਤੇ ਚੁੱਕਣਾ ਹੈ, ਕਿਸਾਨਾਂ ਨੂੰ ਪੈਰਾ ਸਿਰ ਕਰਨਾ ਹੈ, ਤਾਂ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਜ਼ਰੂਰੀ ਹੈ। ਇਸ ਕਰਕੇ ਇਹਨਾਂ ਨੇ ਕਿਸਾਨਾਂ ਦੀ ਮੌਜੂਦਗੀ ਦੇ ਵਿੱਚ ਖਸਖਸ ਬੀਜ ਦਿੱਤੀ। ਦੱਸਦੇ ਕਿ ਟੀਟੂ ਬਾਣੀਆਂ ਇਸ ਵਾਰ ਚੋਣ ਮੈਦਾਨ ਦੇ ਵਿੱਚ ਹੈ। ਚੋਣ ਨਿਸ਼ਾਨ ਇਸਦਾ ਗੈਸ ਸਿਲੰਡਰ ਹੈ ਔਰ ਇਸਦੇ ਵੱਲੋਂ ਬੇਨਤੀ ਕੀਤੀ ਗਈ ਕਿ ਜੇਕਰ ਮੈਂ ਜਿੱਤ ਗਿਆ ਤਾਂ ਖਸਖਸ ਦੀ ਖੇਤੀ ਪੰਜਾਬ ਦੇ ਵਿੱਚ ਲਾਗੂ ਹੋਵੇਗੀ, ਪਾਰਲੀਮੈਂਟ ਦੇ ਵਿੱਚ ਮੈਂ ਆਵਾਜ਼ ਨੂੰ ਚੁੱਕਾਂਗਾ। ਸਰਕਾਰ ਨੂੰ ਵੀ ਸਿੱਧੇ ਹੁੰਦੇ ਇਸ ਨੇ ਕਿਹਾ ਕਿ ਜੇਕਰ ਪਰਚਾ ਕਰਨਾ ਹੈ ਪਰਚਾ ਕਰੋ, ਜੇਲ੍ਹ ਭੇਜਣਾ ਹੈ ਜੇਲ੍ਹ ਭੇਜੋ, ਪਰ ਮੈਂ ਪੰਜਾਬ ਦੇ ਮੁੱਦਿਆਂ ਤੋਂ ਪਿੱਛੇ ਨਹੀਂ ਹਟਾਂਗਾ। ਸੋ ਇਹ ਟੀਟੂ ਬਾਣੀਆਂ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦਾ। ਜਦੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਪੁੱਜਿਆ ਸੀ, ਢੋਲ ਧਮਾਕਿਆਂ ਦੇ ਨਾਲ ਗਿਆ ਸੀ ਔਰ ਅੱਜ ਇਸ ਦੇ ਵੱਲੋਂ ਲਾਡੋਵਾਲ ਟੋਲ ਪਲਾਜ਼ੇ ਤੇ ਕਿਸਾਨਾਂ ਦੀ ਮੌਜੂਦਗੀ ਦੇ ਵਿੱਚ ਖਸਖਸ ਬੀਜੀ ਗਈ। ਪੁਲਿਸ ਦੇ ਮੁਲਾਜ਼ਮ ਵੀ ਉੱਥੇ ਮੌਜੂਦ ਸਨ। ਸੋ ਇਸ ਨੇ ਕਿਹਾ ਕਿ 18 ਨੰਬਰ ਵਾਲਾ ਬਟਨ ਦੱਬ ਕੇ ਮੈਨੂੰ ਜਿਤਾਓ, ਪਾਰਲੀਮੈਂਟ ਦੇ ਵਿੱਚ ਮੈਂ ਕਿਸਾਨਾਂ ਦੀ, ਮਜ਼ਦੂਰਾਂ ਦੀ, ਹਰ ਇੱਕ ਵਰਗ ਦੀ ਆਵਾਜ਼ ਨੂੰ ਚੁੱਕਾਂਗਾ। ਹੋਰ ਕੀ ਕਹਿ ਰਿਹਾ ਤੁਸੀਂ ਵੀ ਸੁਣੋ। ਤੇ ਅੱਜ ਅਸੀਂ ਇੱਥੇ ਸੜਕ ਤੇ ਖਸਖਸ ਬੀਜੀ ਆ, ਇਹ ਖਸਖਸ ਮੈਂ ਕਰਿਆਨੇ ਦੁਕਾਨ ਤੋਂ ਲੈ ਕੇ ਆਇਆ ਵਾਂ, ਉਹ ਬੀਜੀ ਆ ਸੀਗਾ, ਕਿਉਂਕਿ ਸਾਡੀ ਸਰਕਾਰਾਂ ਸੁੱਤੀਆਂ ਪਈਆਂ ਨੇ, ਨੌਜਵਾਨ ਸਾਡੀ ਕੁੜੀਆਂ ਚਿੱਟੇ ਨਸ਼ੇ ਦੇ ਲਾਗੇ ਮੈਡੀਕਲ ਨਸ਼ੇ ਖਾਈ ਜਾਂਦੇ ਆ, ਪਰ ਸਰਕਾਰਾਂ ਜਵਾਨੀ ਖਰਾਬ ਕਰੀ ਜਾਂਦੀਆਂ ਨੇ ਉਹਨਾਂ ਦੀਆਂ, ਖਸਖਸ ਦੀ ਖੇਤੀ ਕਰਾਉਂਦੇ ਨਹੀਂ ਆ, ਕਿਉਂਕਿ ਜੇ ਖਸਖਸ ਦੀ ਖੇਤੀ ਕਰਾਤੀ ਸਾਡਾ ਜਿਹੜਾ ਕਿਸਾਨ ਹੈਗਾ ਵਾ ਉਹ ਪੈਰਾਂ 'ਤੇ ਖੜ੍ਹਾ ਹੋ ਜੂਗਾ, ਮਜ਼ਦੂਰ ਪੈਰਾਂ 'ਤੇ ਖੜ੍ਹਾ ਹੋ ਜੂਗਾ, ਸਾਡੇ ਆਮ ਲੋਕ ਪੈਰਾਂ 'ਤੇ ਖੜ੍ਹੇ ਹੋ ਜਾਣਗੇ, ਪਰ ਸਾਡੀਆਂ ਸਰਕਾਰਾਂ ਨਹੀਂ ਚਾਹੁੰਦੀਆਂ ਵੀ ਕੋਈ ਬੰਦਾ ਪੈਰਾਂ 'ਤੇ ਖੜ੍ਹਾ ਹੋਵੇਗਾ। ਇਸ ਕਰਕੇ ਮੈਂ ਲੰਮੇ ਸਮੇਂ ਤੋਂ ਮੁੱਦੇ ਦੀ ਗੱਲ ਕਰਦਾ ਵਾਂ, ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਮੈਨੂੰ 30 ਨੰਬਰ 'ਤੇ ਵੋਟ ਪਾਓ, ਬਟਨ ਨੰਬਰ ਦੱਬ ਕੇ ਗੈਸ ਸਿਲੰਡਰ 'ਤੇ। ਮੈਂ ਤੁਹਾਨੂੰ ਗਰੰਟੀ ਦਿੰਦਾ ਵਾਂ ਇੱਥੇ ਦੇਸ਼ ਦੇ ਪ੍ਰਧਾਨ ਮੰਤਰੀ ਆਇਆ ਕਰਨਗੇ ਪੰਜਾਬ ਦੇ ਵਿੱਚ, ਅਤੇ ਤੋਂ ਆਪਣੇ ਹੱਥਾਂ ਨਾਲ ਖਸਖਸ ਦੀ ਖੇਤੀ ਕਰਿਆ ਕਰਨਗੇ, ਆਪਣੇ ਹੱਥਾਂ ਨਾਲ ਖਸਖਸ ਬੀਜਿਆ ਕਰਨਗੇ। ਮੈਨੂੰ ਸਮਝ ਨਹੀਂ ਆਉਂਦੀ ਕਿਹਾ ਵੀ ਆਹ ਖਸਖਸ ਮੈਂ ਦੁਕਾਨ ਤੋਂ ਲਿਆਂਦੀ ਹੈ ਗੈਰ ਕਾਨੂੰਨੀ ਕਿਵੇਂ ਆ, ਜੇ ਗੈਰ ਕਾਨੂੰਨੀ ਹੈਗੀ ਆ ਤਾਂ ਮੇਰੇ 'ਤੇ ਪਰਚਾ ਕੱਟਿਆ ਜਾਵੇ, ਟੀਟੂ ਬਾਣੀਆਂ 'ਤੇ ਪਰਚਾ ਕੱਟਿਆ ਜਾਵੇ ਅਤੇ ਟੀਟੂ ਬਾਣੀਆਂ ਨੂੰ ਜੇਲ੍ਹ 'ਚ ਦਿੱਤਾ ਜਾਵੇ। ਆਪ ਮੈਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਮੈਨੂੰ ਵੋਟਾਂ ਪਾ ਕੇ ਤੁਸੀਂ ਜਿਤਾਓ। DC ਦਫ਼ਤਰ ਲੁਧਿਆਣਾ ਮੈਂ ਪੁੱਟ ਕੇ JVC ਮਸ਼ੀਨ ਨਾਲ ਉੱਥੇ ਮੈਂ ਸਾਰੇ ਯਾਨੀ ਖਸਖਸ ਦੀ ਖੇਤੀ ਕਰ ਦੇਣੀ ਆ, ਕਿਉਂਕਿ ਉੱਥੇ ਗੱਲਾਂ ਹੀ ਮਾਰੀ ਜਾਂਦੇ, ਉੱਥੇ ਕੱਖ ਨਾ ਕਰਦੇ ਨਹੀਂ DC ਦਫ਼ਤਰ ਵੀ ਕਿਹੜਾ ਬੰਦੇ, ਗੱਲਾਂ ਦੇ ਗੱਲਾਂ ਲੋਕਾਂ ਨੂੰ ਪਰੇਸ਼ਾਨ ਕਰਦੇ ਆ। ਸਾਡੇ ਕਿਸਾਨ ਜਥੇਬੰਦੀਆਂ ਨੂੰ ਵੀ ਮੈਂ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਮੇਰੀ ਮਦਦ ਕੀਤੀ ਜਾਵੇ, ਕਿਉਂਕਿ ਵਾਹਿਗੁਰੂ ਵੀ ਕਹਿੰਦਾ ਵਾ ਵੀ ਗਰੀਬ ਦੀ ਮਦਦ ਕਰੋ, ਉਹਨੂੰ ਆਪਣੇ ਪੈਰਾਂ 'ਤੇ ਖੜ੍ਹਾ ਕਰ ਲਓ, ਪਰ ਸਾਡੀ ਸਰਕਾਰਾਂ ਸੁੱਤੀਆਂ ਪਈਆਂ ਨੇ ਕਿਹੜਾ। ਅੱਜ ਮੈਂ ਖਸਖਸ ਦੀ ਖੇਤੀ ਕਰਕੇ ਇੱਕ ਐਲਾਨ ਕਰਦਾ ਵਾਂ ਵੀ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਛੇਤੀ ਹੋਊਗੀ ਕਿਹੜਾ, ਜੇ ਨਹੀਂ ਛੇਤੀ ਕੀਤੀ ਇਹਨਾਂ ਨੇ ਇਹਨਾਂ ਨੇ ਮੈਂ ਕੁੱਤੇ ਖਾਣੀ ਪੂਰੀ ਰੱਜ ਕੇ ਕਰੂੰਗਾ, ਮੈਂ ਗਰੰਟੀ ਦਿੰਦਾ ਵਾਂ। ਪਾਣੀ ਕਹਿੰਦਾ ਥੈਂਕ ਯੂ, ਮਿਹਰਬਾਨੀ, ਸ਼ੁਕਰੀਆ।